ਅਰਬੀ ਘੋੜਿਆਂ ਦੀ ਗਿਣਤੀ ਵੱਧ ਰਹੀ ਹੈ, ਦੇਸੀ ਖੱਚਰਾਂ ਦੀ ਗਿਣਤੀ ਘੱਟ ਰਹੀ ਹੈ। ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁਟਕਲ ਮਾਲ ਬਾਹਰ ਜਾ ਰਿਹਾ। ਜਿਹੜੇ ਬੰਦੇ ਆਈਡੀਓਲੋਜੀ ਨਾਲ ਕਮਿਟਡ ਨਹੀਂ ਨੇ, ਜਿਨ੍ਹਾਂ ਦੀ ਆਈਡੀਓਲੋਜੀ ਹੈ ਕਿ ਸਿਕਿਉਰਿਟੀ ਰੱਖਣੀ, ਜਿਨ੍ਹਾਂ ਨੇ ਆਪਣੀ ਜ਼ਮੀਰ ਵਿੱਚ ਹੀ ਹੈ। ਮੈਂ ਤੁਸੀਂ ਬਿੱਟੂ ਨਾਲ ਹੀ ਗੱਲ ਕਰ ਲਈ ਹੈ, ਸਰਦਾਰ ਮਹਿਰੂਮ ਸਾਹਿਬ ਬੇਅੰਤ ਸਿੰਘ ਦਾ ਪੋਤਰਾ ਹੋਏ। ਸਾਹਿਬ ਬੇਅੰਤ ਸਿੰਘ ਜੀ ਦੇ ਦਾਨ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੂੰ ਕਾਂਗਰਸ ਨੇ ਪਾਰਲੀਮੈਂਟ ਦੀ ਟਿਕਟ ਲੁਧਿਆਣੇ ਤੋਂ ਦਿੱਤੀ। ਇਹਨਾਂ ਦੇ ਸਕੇ ਤਾਇਆ ਜੀ ਨੂੰ ਕੈਬਨਿਟ 'ਚ ਮੰਤਰੀ ਰੱਖਿਆ, ਇਹਨਾਂ ਦੀ ਭੂਆ ਨੂੰ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ, ਇਹਨਾਂ ਦੇ ਚਚੇਰੇ ਭਰਾ ਨੂੰ ਉਸਦਾ ਗੁਰਕਿਰਤ ਸਿੰਘ ਹੁਣ ਵੀ ਮਿਨਿਸਟਰ ਰੱਖਿਆ। ਤਿੰਨ ਟਰਮਾਂ ਇਸ ਨਿਖਿਧ ਐਮ ਪੀ ਨੂੰ ਮੌਕਾ ਦਿੱਤਾ ਸਾਹਿਬ ਬੇਅੰਤ ਸਿੰਘ ਦੇ ਘਰ। ਇਹਦੇ ਛੋਟੇ ਭਰਾ ਨੂੰ ਡੀ ਐਸ ਪੀ ਭਰਤੀ ਕੀਤਾ। ਹੁਣ ਇਸ ਤੋਂ ਵੱਧ ਦੱਸ ਦਿਓ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ, ਜੇ ਇਸ ਕਿਸਮ ਦੇ ਗਦਾਰ ਜਿਹੜੇ ਨੇ ਆਪਣੀ ਮਾਂ ਦੀ ਪਿੱਠ ਛੁਰਾ ਮਾਰ ਕੇ ਜਾਂਦੇ ਨੇ। ਤਾਂ ਮੈਂ ਸਮਝਣਾ ਇਹੋ ਜਿਹਾ ਗੰਦ ਕਾਂਗਰਸ 'ਚੋਂ ਜਿਹੜਾ ਨਿਕਲ ਰਿਹਾ, ਜਿਨ੍ਹਾਂ ਦੀ ਕਮਿਟਮੈਂਟ ਨਿਰੀ ਤਾਕਤ ਦੇ ਨਾਲ, ਜਿਨ੍ਹਾਂ ਦੀ ਕਮਿਟਮੈਂਟ ਮੈਂ ਅਕਸਰ ਸੁਣਨਾ, ਮੇਰੀ ਸੀਟ ਖੋਲ੍ਹੀ, ਉਹ ਸੀਟ 'ਤੇ ਜਮਾਤਾਂ ਦੀ ਹੁੰਦੀ, ਪਾਰਟੀਆਂ ਦੀ ਹੁੰਦੀ ਹੈ। ਇਹ ਤੁਹਾਡੀ ਕੋਈ ਜੱਦੀ ਜਾਇਦਾਦ ਥੋੜ੍ਹਾ, ਤੁਸੀਂ ਕਹਿੰਦੇ ਹੋ ਮੇਰੀ ਸੀਟ ਖੋਲ੍ਹੀ, ਫਿਰ ਇਹ ਤਾਂ ਕਾਂਗਰਸ ਨੇ ਫੈਸਲਾ ਕਰਨਾ। ਤੋ ਇਸ ਗੱਲ ਕਾਰਨ ਜਿਨ੍ਹਾਂ ਦੀ ਆਈਡੀਓਲੋਜੀ ਦੇਸ਼ ਨੂੰ ਬਚਾਉਣ ਦੀ, ਜਿਨ੍ਹਾਂ ਦੀ ਆਈਡੀਓਲੋਜੀ ਪੰਜਾਬ ਪਿੱਛੇ ਲੜਾਈ ਲੜਨ ਦੀ, ਉਹ ਤਾਂ ਰਹਿਣਗੇ ਕਾਂਗਰਸ 'ਚ। ਜਿਨ੍ਹਾਂ ਨੇ ਸੌਦੇ ਕਰਨੇ ਨੇ, ਤੋ ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹੁੰਦਾ, ਦਲਵੀਰ ਸਿੰਘ ਗੋਲਡੀ ਇੱਕ ਨੌਜਵਾਨ ਹੈ, ਯੂਨੀਵਰਸਿਟੀ 'ਚ ਉੱਠਿਆ, ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ ਸੀ, ਕਾਂਗਰਸ ਨੇ ਦੋ ਵਾਰ ਉਹਨੂੰ MLA ਦੀ ਟਿਕਟ ਦਿੱਤੀ, MLA ਬਣਾਇਆ, ਕੀ ਇਹ ਕਾਂਗਰਸ ਦਾ ਕਸੂਰ ਹੈ ਜੀ? ਐਤਕੀ ਜੇ MP ਦੀ ਸੀਟ ਨਹੀਂ ਦਿੱਤੀ, ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ, ਸੋ ਦੈਟ ਪੰਜਾਬ 'ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪ ਨਾਲ ਲੜਾਈ ਲੜਨ ਵਾਸਤੇ। 10 ਦਿਨ ਲਗਾਤਾਰ ਦਲਵੀਰ ਗੋਲਡੀ ਸਾਹਿਬ ਕਾਂਗਰਸ ਦੀ ਕੰਪੇਨ ਦੇ ਵਿੱਚ, ਆਗਾਜ਼ ਵੀ ਸਾਹ ਸੁਖਪਾਲ ਸਿੰਘ ਖਹਿਰੇ ਦੀ ਕੰਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ। 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋ ਦਮ ਕਿਹੜਾ ਨਵਾਂ ਰਸਤਾ ਲੱਭਿਆ ਜੀ? ਰਸਤਾ ਇਹ ਹੈ, ਭਗਵੰਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੈ। ਸਰਕਾਰਾਂ ਦੇ ਵਿੱਚ ਦੇਣ ਨੂੰ ਬੜਾ ਕੁਝ ਹੁੰਦਾ, ਜਿਹੜੇ ਲੋਕ ਦਿਆਨਤਦਾਰ ਨੇ, ਕਿਸੇ ਆਈਡੀਓਲੋਜੀ 'ਤੇ ਖਲੋਤੇ ਨੇ, ਉਹ ਕਦੀ ਸੌਦੇ ਨਹੀਂ ਕਰਦੇ। ਕਮਜ਼ੋਰ ਬੰਦੇ ਮੌਕੇ ਸਿਰ ਸੌਦੇ ਕਰਦੇ ਨੇ, ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ। ਜੋ ਮੈਨੂੰ ਪਤਾ ਲੱਗਾ, ਇਹਨੂੰ ਇਹ ਔਫਰ ਕੀਤੀ ਗਈ ਹੈ ਕਿ ਤੂੰ ਮੀਤ ਹੇਅਰ ਦੀ ਮਦਦ ਕਰ, ਇਹ ਜਿੱਤ ਜਾਏਗਾ ਅਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ 'ਤੇ MLA ਖੜ੍ਹਾ ਕਰਾਂਗੇ, ਤੈਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ। ਇਹ ਵੀ ਗੱਲ ਤੁਹਾਡੇ ਸਾਹਮਣੇ ਨੰਗੀ ਹੋ ਕੇ ਬਾਹਰ ਆ ਜਾਏਗੀ। ਅਜੇ ਤਾਂ ਇਹ ਗੱਲ ਕਹਿ ਰਿਹਾ ਕਿ ਮੈਂ ਅਜੇ ਪਾਰਟੀ ਛੱਡੀਏ, ਜੇ ਜਾਣਾ ਕਿਤੇ ਨਹੀਂ, ਜੇ ਜਾਣਾ ਹੀ ਕਿਤੇ ਨਹੀਂ ਸੀ ਤਾਂ ਪਾਰਟੀ ਕਿਹੜੀ ਗੱਲੋਂ ਛੱਡੀ? ਪਾਰਟੀ ਦਾ ਕਸੂਰ ਦੱਸੋ ਕੀ ਹੈ ਜੀ? ਤੋ ਆ ਬਾਕੀਆਂ ਦਾ ਵੀ ਤੁਸੀਂ ਨਾਂ ਲਿਆ, ਤੁਸੀਂ ਕੈਪਟਨ ਦੀ ਗੱਲ ਕਰੀ ਜਾਂਦੇ ਹੋ, ਜਿਹਨੂੰ 10 ਸਾਲ ਲਗਾਤਾਰ ਮੁੱਖ ਮੰਤਰੀ ਰੱਖਿਆ ਹੋਇਆ। ਅਤੇ ਪ੍ਰਨੀਤ ਕੌਰ ਜੀ, ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ, ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ, ਮਾਣ ਕਰਨਾ, ਮੇਰੇ ਨਾਲ ਰਹੇ, ਮੇਰੇ ਕੁਲੀਗ ਰਹੇ ਨੇ,